हरियाणे दे विच तक पंजाबियां ने ट्रैक्टर भेज के पैलियां पद्धरियां कीतियां। वाहेगुरु जी का खालसा, वाहेगुरु जी की फतेह। वीरो हाड़ पीड़ता नहीं जिहड़े सभराल एड़िए च हरीके दे ब्यास दे लागे लागे जिहड़ा हाड़ आया उहदे नाल डंगर वछिया की तंगी दा करके माझे दे विचों जिहड़ा वा अचार दियां पंडां भर भर के वड़े वड़े ट्राले भी फुटे भर के ते माझे जो शहर दे विचों भी साडे किसान भरा तुरे आ। आओ गलबात कराने, मैं तुहानूं पहलों ट्रालियां उखाड़ा दो एक मिनट। हाँ, दो ट्रालियां जे लदियां बिल्कुल भरे आ ट्राले वड्डे उत्तों ताईं इन्हां ने एरिया अपना माल पिंड माल माल पिंड इत्थे आ शहर दे नाल जिहड़ा माल ओह लिसदी माल पिंड ते बंद कर लो एक मिनट ट्रैक्टर मारे। किन्नियां पंडां दोवें ट्रालियां च? 200-250 क्विंटल माल है दोनों। 250 क्विंटल माल ते किन्ने क्विंटल दी पंड है? 4 क्विंटल ते किन्ने डंगरां नूं उन्होंने एस्टीमेट दस्सिया तुसीं पा सकदे? ਨਾ ਪਤਾ ਨਹੀਂ ਮੈਨੂੰ ਹੁਣ ਕਿੰਨਾ ਕਿੰਨਾ ਨਹੀਂ ਹੈ। ਤੇ ਇਹ ਸਾਰਾ ਸੇਵਾ ਚ ਸੇਵਾ ਇਹ ਆਪਣੇ ਪੱਧਰ ਤੇ ਕਿ ਤੁਸੀਂ ਸੰਸਥਾ ਵੱਲੋਂ ਜਾਂ ਆਪਣੇ ਪੱਧਰ ਤੇ ਨਹੀਂ ਕੀਤਾ? ਆਪਣੇ ਪੱਧਰ ਤੋਂ ਹੋਲੀਸਿਟੀ ਐਸੋਸੀਏਸ਼ਨ ਵੱਲੋਂ ਆ। ਅੱਛਾ, ਹੋਲੀਸਿਟੀ ਦੋ ਟਰਾਲੇ ਹਨਾ? ਦੋ ਟਰਾਲੇ ਆ ਤੇ ਇੱਕ ਗੱਡੀ ਆ ਬਲੈਰੋ ਗੱਡੀ ਹੈ। ਉਹ ਚ ਹੈਗੇ ਆਟਾ ਹੈਗਾ, ਦਾਲ ਹੈਗੀ ਆ, ਖੰਡ ਹੈਗੀ ਹੈ, ਪੱਤੀ ਹੈ, ਠੀਕ ਆ, ਕੱਪੜੇ ਹੈ ਕੱਪੜੇ ਆ ਸਭਰਾ ਦੇ ਏਰੀਏ ਚ। ਇਹ ਖਾਸ ਕਰ ਡੰਗਰਾਂ ਲਈ, ਡੰਗਰਾਂ ਦੇ ਚਾਰੇ ਲਈ, ਕਿਉਂਕਿ ਸਾਰਾ ਕੁਛ ਪਾਣੀ ਵੀ ਬਹੁਤ ਪਹੁੰਚੇ ਆ। ਅਸਲ ਦੇ ਵਿੱਚ ਜਿਹੜੇ ਡੰਗਰ ਆ ਉਹ ਸੜਕਾਂ ਦੇ ਕੰਢੇ ਤੇ ਬੰਨੇ ਮਜਬੂਰੀਆਂ ਵਾ ਤੇ ਸਰਕਾਰ ਵੱਲੋਂ ਵੀ ਕੋਈ ਸਹਿਯੋਗ ਆਇਆ ਕਿ ਨਹੀਂ? ਸਰਕਾਰ ਵੱਲੋਂ ਕੋਈ ਸਹਿਯੋਗ ਨਹੀਂ, ਆਪਣਾ ਸਹਿਯੋਗ ਹੈ ਜੀ, ਆਪਣੇ ਪੱਧਰ ਤੇ ਸਾਰਾ ਕੁਝ। ਇਹ ਜੋ ਕੁਛ ਵੀ ਆ ਜੀ ਇਹ ਮਾਲ ਪਿੰਡ ਦੇ ਹੋਲੀ ਸਿਟੀ ਐਸੋਸੀਏਸ਼ਨ ਹੈ ਜਿਹੜੀ ਉਹ ਆਪਣੇ ਪੱਧਰ ਤੇ ਕਰਕੇ ਸਾਰੀ ਤਿਆਰੀ ਤੇ ਲਗਭਗ ਕਿੰਨੀਆਂ ਪੰਡਾਂ ਹੋ ਸਕਦੀਆਂ? 300 ਕੁਇੰਟਲ ਇਹ ਚਾਰਾ ਵਾ। ਹਾਂਜੀ, ਤੇ 100 ਜਿਹੜਾ ਵਾ ਉਹ ਰਾਹ ਸਮੱਗਰੀ 100 ਪਰਿਵਾਰਾਂ ਦੀ। 100 ਪਰਿਵਾਰਾਂ ਦੀ? ਹਾਂ, ਤੇ ਕੱਪੜੇ ਨੇ ਨਾਲ, ਉਹ ਵੱਖਰੇ ਮਗਰੇ ਗੱਡੀ ਮਗਰੇ ਕੋਹ ਰਿਹਾ। ਅੱਛਾ ਜੀ, ਹਾਂਜੀ। ਇਹ ਮਾਲ ਪਿੰਡ ਆ, ਕੀ ਨਾਮ? ਇਹ ਹੋਲੀ ਸਿਟੀ ਕਲੋਨੀ ਆ। ਹਾਂ, ਉੱਥੋਂ ਦੀ ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਆ। ਹਾਂਜੀ, ਉਹਦੇ ਵੱਲੋਂ ਅੱਗੇ ਵੀ ਅਸੀਂ 400-500 ਜਿਹੜਾ ਸੀ ਉਹ ਕੁਇੰਟਲ ਚਾਰਾ ਇੱਕ ਵਾਰੀ ਪਹਿਲਾਂ ਵੀ ਦੇ ਕੇ ਆਏ ਆ, ਹੁਣ ਦੂਸਰੀ ਵਾਰ ਫਿਰ ਅਸੀਂ ਜਾ ਕੇ ਆਏ। ਸਾਰੇ ਦੋਸਤ ਜਿਹੜੇ ਅਸੀਂ ਰਲ ਕੇ ਜਿਹੜੇ ਆ ਉਹ ਆਪਣੇ ਕਲੋਨੀ ਦੇ ਵਿੱਚ ਕਰਕੇ ਲੈ ਕੇ ਜਾਂਦੇ ਆ। ਇਹ ਪੰਜਾਬ ਦੀ ਜਿਹੜੀ ਆ ਇਹ ਰੰਗਲਾ ਪੰਜਾਬ ਜਿਹੜਾ ਵਾ ਅਸਲ ਦੇ ਵਿੱਚ ਜਿਹੜਾ ਭਗਵੰਤ ਮਾਨ ਰੰਗਲਾ ਪੰਜਾਬ ਕਹੀ ਜਾਂਦਾ ਉਹ ਹਵਾ 'ਚ ਕਹੀ ਜਾਂਦਾ। ਅਸਲ 'ਚ ਰੰਗਲਾ ਪੰਜਾਬ ਜਦੋਂ ਪੰਜਾਬ 'ਤੇ ਕੋਈ ਵੀ ਭੀੜ ਪੈਂਦੀ ਆ ਤੇ ਆਪਣਾ ਘਰ ਬਾਹਰ ਛੱਡ ਕੇ ਤੇ ਪੰਜਾਬੀ ਇੱਕ ਦੂਜੇ ਦੀ ਹੈਲਪ ਲਈ ਕਰਨ ਲਈ ਤੁਰ ਪੈਂਦੇ ਆ ਆਪਣੇ 20-20 ਫੁੱਟੇ ਟਰਾਲੇ ਤੇ ਟਰੈਕਟਰ ਲੈ ਕੇ ਤੇ ਚਾਰਾ ਜਿਹੜਾ ਆ ਚਾਰੇ ਦੀਆਂ ਪੰਡਾਂ ਰੈਡੀਮੇਡ ਲੈ ਕੇ ਇਹ ਇੱਕ ਇੱਕ ਮਹੀਨਾ ਵੀ ਚਾਰਾ ਖਰਾਬ ਨਹੀਂ ਹੋਣਾ, ਥੋੜ੍ਹਾ ਥੋੜ੍ਹਾ ਪਾ ਕੇ ਵੀ ਟਾਈਮ ਜਿਹੜਾ ਵਾ ਉਹ ਨਿਕਲ ਸਕਦਾ ਵਾ। ਇਹ ਹੋਲੀ ਸਿਟੀ ਜਿਹੜੀ ਆ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਆ ਪੰਜਾਬ ਵਸਦਾ ਗੁਰਾਂ ਦੇ ਸਦਕਾ ਮਿਹਰ ਸਦਕਾ ਰਾਹ ਸਮੱਗਰੀ ਆ। ਤੁਸੀਂ ਵੇਖ ਸਕਦੇ ਜੇ ਇਹ ਅੰਮ੍ਰਿਤਸਰ ਸ਼ਹਿਰ ਦੇ ਬਸ਼ਿੰਦੇ ਆ ਜਿਹੜੇ ਉਹ ਆਪਣੇ ਪੱਧਰ ਤੇ ਜਿਹੜੇ ਆ ਉਹ ਸਾਰੀ ਤਿਆਰੀ ਕਰਕੇ ਲਗਾਤਾਰ ਦੂਜੀ ਵਾਰ ਉਹਨਾਂ ਦਾ ਦੂਜੇ ਦੇ ਵਾਰ ਗੇੜਾ ਵਾ ਇਹ ਤੇ ਰਾਹਤ ਸਮੱਗਰੀ 100 ਪਰਿਵਾਰਾਂ ਲਈ ਉਹਨਾਂ ਨੇ ਰਾਸ਼ਨ ਵੀ ਕੀਤਾ ਆ ਇਕੱਠਾ, ਉਹ ਵੀ ਬਲੈਰੋ ਗੱਡੀ। ਮੈਂ ਤੁਹਾਨੂੰ ਮਗਰ ਵਿਖਾਉਂਦਾ ਵਾ ਉਹਨਾਂ ਨਾਲ ਵੀ ਗੱਲਬਾਤ ਕਰਾਉਣਾ। ਇਹਨਾਂ ਨੇ 2 ਟਰਾਲੇ ਤੇ 1 ਬਲੈਰੋ ਗੱਡੀ ਜਿਹੜੀ ਆ ਉਹ ਲੈ ਕੇ ਤੇ ਹਰੀਕੇ ਏਰੀਏ 'ਚ ਚੱਲੇ ਆ। ਇਹ ਜਿਹੜੀ ਪੰਜਾਬ ਦੀ ਮਿਸਾਲ ਆ ਵੱਡੇ ਪੱਧਰ 'ਤੇ ਸੇਵਾ ਜਿਹੜੀ ਆਪਣੇ ਪੱਧਰ 'ਤੇ ਪੰਜਾਬੀ ਕਰਨ ਡਏ ਆ। ਵੇਖੋ ਅਚਾਰ ਦੀਆਂ ਜਿਹੜੀਆਂ ਟਰਾਲੀਆਂ ਭਰ ਕੇ ਤੇ ਮਾਝੇ ਵਾਲਿਆਂ ਨੇ ਤੋਰਤੀਆਂ ਵਾ, ਇਹ ਰਾਸ਼ਨ ਆ, ਇਹ ਇਸੇ ਸੰਸਥਾ ਇਹਨਾਂ ਵੱਲੋਂ ਨਹੀਂ, ਇਹ ਹੋਲੀ ਸਿਟੀ ਵਾਲਿਆਂ ਵੱਲੋਂ। ਇਹ 100 ਪਰਿਵਾਰਾਂ ਦਾ ਕਹਿਣ ਤੇ ਭਾਜੀ ਹੋਣੀ ਦੱਸਣ ਦੇ, ਹਾਂਜੀ ਪਲੱਸ ਹੀ ਹੋਣਾ ਜੀ, 100 ਪਰਿਵਾਰ ਤੋਂ ਪਲੱਸ। ਇਹ ਰਾਸ਼ਨ ਕੱਪੜੇ ਹਰੇਕ ਨਹੀਂ ਜੀ, ਖਾਣ ਪੀਣ ਵਾਲਾ ਸਮਾਨ ਤੇ ਬੱਚਿਆਂ ਦੇ ਛੋਟੇ ਮੋਟੇ ਕੱਪੜੇ ਜੋ ਵੀ ਹੈ। ਅੱਛਾ ਜੀ, ਜੋ ਆਪਾਂ ਨੂੰ ਫਸਟ ਏਡ ਤੇ ਚਾਹੀਦਾ ਆ, ਜਿਹੜਾ ਵੀ ਆਪਣੇ ਬਾਹਰ ਬੈਠੇ ਸੜਕਾਂ ਤੇ ਨਿਕਲ ਕੇ ਮਜਬੂਰੀ ਬਸ ਪਰਿਵਾਰ ਘਰ ਛੱਡੇ ਆ। ਹਾਂਜੀ, ਸਾਰਿਆਂ ਵਾਸਤੇ, ਸਾਰਿਆਂ ਵਾਸਤੇ। ਇਹ ਦੂਜਾ ਚੱਕਰ ਆ? ਹਾਂਜੀ ਸਰ, ਦੂਜਾ ਚੱਕਰ ਆ ਤੇ ਲਗਭਗ 300-400 ਪੰਡ ਘੰਟੇ ਉਹਨਾਂ ਦੀ। ਹਾਂਜੀ ਹਾਂਜੀ, ਪਹਿਲਾਂ ਵੀ ਚੱਲ ਗਈ ਹੈ ਜੀ। ਅੱਛਾ ਜੀ, ਪਹਿਲਾਂ ਗਿਆ ਦੂਸਰੇ ਚੱਕਰ, ਜਿੰਨੀ ਉਹਨਾਂ ਨੂੰ ਲੋੜ ਹੁੰਦੀ ਹੈ ਜੀ ਉਸ ਹਿਸਾਬ ਨਾਲ ਲੈ ਕੇ। ਹਾਂ, ਜੋ ਚੀਜ਼ ਦੀ ਲੋੜ ਹੁੰਦੀ ਹੈ। ਹਾਂਜੀ ਹਾਂਜੀ, ਠੀਕ ਆ ਭਾਜੀ। ਬਹੁਤ ਚੜ੍ਹਦੀ ਕਲਾ ਪੰਜਾਬ ਦੀ, ਇਹੋ ਹੀ ਇੱਕ ਵਿਲੱਖਣਤਾ ਵਾ ਵੀ ਭੀੜ ਪਈ ਹੋਵੇ ਸਹੀ ਪੰਜਾਬ ਤੇ ਕੋਈ ਵੀ ਆਫਤ ਆਵੇ, ਚਾਹੇ ਕਰੋਨਾ ਵੇਲੇ ਵੀ ਪੰਜਾਬੀਆਂ ਨੇ ਦੱਬ ਕੇ ਮਦਦ ਕੀਤੀ ਆ, ਚਾਹੇ ਅੱਜ ਆ, ਚਾਹੇ
किसान मोर्चा लगा आ तां वी पंजाबियां दे लंगर जिहड़े आ ओह मिसाल कायम कीती आ वर्ल्ड च ते अज वी पंजाबी जिहड़े आ अपने भरावां दी बांह फड़ रहे आ। हरियाणे दे विच तक पंजाबियां ने ट्रैक्टर भेज के पैलियां पद्धरियां कीतियां। सो ये जिहड़े इन्हां नूं सलाम आ सारिआं नूं जिहड़े वीर एक दूजे की बांह फड़ ली पंजाबी अगे वधदे आ। वाहिगुरू जी का खालसा, वाहिगुरू जी की फतेह।